ताल्लुक पैदा करो। जे ईमान दा डेरा वसावना है तां नमाज नाल ताल्लुक पैदा करो। अस्सलातो माउल वहदत, इन नमाज ईमान वास्ते इन्हें है। ईमान नेमत एक ने, ईमान जी नेमत होर, जिन्हों ईमान हासिल हो गया उन्हों अमान ही हासिल हो गई ते अमन ही हासिल हो गया। वड्डी नेमत है ये जिया ईमान, जे ईमान दा पानी नमाज बन दी होए। नबी अलैहि सलाम फरमांदन, मसलुल मुमिन कल रोजे औ कमा काल नबी सल्लल्लाहु अलैहि वसल्लम, मोमिन दे ईमान दी मिसाल जो मुंजी दा खेत है, चावला नाल मिसाल दिती है अल्लाह दे रसूल। क्यों पूछा गया चावल दे खेत नाल मुंजी नाल धान नाल क्यों तशबीह दिती गई है? इस वास्ते जो चावलों दे खेत वास्ते पानी दा हर वेले होना जरूरी। कहे पूछा जट को यार मुंजी नू पानी कितना देना चाहिए? उसा क्या कितना? अखे जी अखे मुंजी दे खेत नू पानी इतना देना चाहिए जो कदाई सुकण च ना आवे। आखे किए आखे पानी 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 पानी। उसा क्या बस कर? आखे बस करा तो मुंजी सुकदी। अल्लाह दा रसूल आदा ईमान नू इतना पानी नमाज दा दे जो कदाई सुकण विच ना आवे। जिहड़े जड़े नमाज तेरी खलो गई मुंजी दा खेत भी तेरा सुक वजना। ईमान दा बूटा भी उसनू घुण ते कीड़ा लग वजना। चंगी गल आ इबादत कर अल्लाह करीम दियां ताकि तेरी दौलत तबाह ते बर्बाद ना हो। समझ आती भाई? पहला फर्ज है अल्लाह दियां इबादतां नूं नेमत समझना कि अल्लाह जो इबादत कीती है मैनूं औखा करन वास्ते नहीं, मेरे दुख दूर करन वास्ते। सुख ही सुख, तन्हा अनिल फहशा वल मुनकर। बाज रिवायतां दे अंदर आंदा है एक बंदा अपने तौर पर शौक लग गया सो ये मुसलमान जेल नमाज पढ़ देना तो इन्हों का पैगंबर जमात करा खलोंदा है वे ढुक देना उस बिल्ला गए भाई अगू बन के बंदा लेट पवे तो मुहम्मद के मुंह चो मोतियां दियां लड़ियां जड़ियां चिलदियां ते कुरान सुनी रखी एडी शीरी हील से मुहम्मद की जबान च डिडू तो हो गया मुसलमान भाई अंदरों तो हो गया होके उत्तू उत्तू वक्का हो त्रठा भाई कि वे जे बीकर इन्हू पता लग गया तो उन्हें हरामी चमड़ी छेल लग गए भाई आओ वेख लो एक होर ही रल भी आई गए मुहम्मद दे रल दे जोर आई उसने वे वे थोड़ काफर का हम दिल चेड़ा कुछ बार हाल ये भाई मैं हूं इन करे ना ये जमात करे ना मैं इन्हों जमात बन के जाहिर लिखे करें दे मत का वे दर लट नहीं पता ना लग रहा जी
ਲੜਖਣ ਪਏ ਤੇ ਲੜੇ ਪ੍ਰਕਟ ਸਿਰੇ ਦੇ ਤੇ ਉਹ ਅੰਦਰ ਅੰਦਰ ਮੰਨੀ ਵਧਿਆ ਬਹਰਾਲ ਇਹ ਮੇਰਾ ਦਿਲ ਲੱਗਦਾ ਜਹਾਨ ਕੂੜਾ ਹੋ ਵੰਨੇ ਮੁਹੰਮਦ ਦੇ ਵਿੱਚ ਝੂਠ ਝੂਠ ਨਹੀਂ ਆ ਸਕਦਾ ਇਹ ਤਾਂ ਪੱਕ ਹੋ ਗਿਆ ਹੁਣ ਚੁੱਪ ਕਰਕੇ ਨਿਮਾਜ਼ ਡੇ ਪਮਨਾ ਪੜ੍ਹਣ ਮੋੜਾ ਤੇ ਕਦਾ ਹੀ ਰਾਤ ਪਿਆ ਖੁੱਲ ਸੀ ਤੇ ਜਿਹੜਾ ਕੁਝ ਪਿਆ ਮੁੱਲ ਤੁਰ ਸੀ ਨਮਾਜ਼ ਚ ਪੜ੍ਹੇ ਅੱਲਾ ਦੇ ਰਸੂਲ ਨੂੰ ਦੱਸਿਆ ਸੀ ਨਹੀਂ ਨਮਾਜ਼ ਰਾਤ ਵਾਲੀਆਂ ਸ਼ਾਮ ਦੀ ਤੇ ਅਸ਼ਾ ਦੀ ਤੇ ਸੁਬਹ ਦੀ ਪੜ੍ਹੇ ਦੇ ਵਾਲੀਆਂ ਉਹ ਵੱਖਰਾ ਜਿਹੜਾ ਕੁਝ ਕਰਨ ਦਾ ਉਸੇ ਬਾਹਰ ਹਾਲ ਬਈ ਚਿੱਟੇ ਦੇ ਨੂੰ ਮਤਾ ਆਂਦਿਆਂ ਵਜਦਾ ਕੋਈ ਸੂਰ ਵੇਖ ਨਾ ਲੈ ਆਈ ਅਜਣ ਤੋੜੀ ਇਹ ਬੱਚੇ ਆ ਚੁੱਕੇ ਸਲਾਮ ਦੇ ਉਸ ਬਾਹਰ ਹਾਲ ਅਸ਼ਾ ਦੀ ਨਮਾਜ਼ ਚਪੜੇ ਤੇ ਚੁੱਪ ਕਰਕੇ ਰਾਤੀ ਲਗਾ ਲੈਂਦੇ ਜਿਹੜੇ ਬੇਲੀ ਸਾਥੀ ਹੋਏ ਬਈ ਚਲੋ ਉਹਨਾਂ ਨੂੰ ਯਕੀਨ ਨਹੀਂ ਹੋ ਰਹੀ ਸੀ ਕਿ ਸਾਡੇ ਥੱਲੇ ਵਿੱਚ ਵਜਾ ਹੋਰ ਨਿਕਲਿਆ ਨਹੀਂ ਉਹਨਾਂ ਦੇ ਇਕੱਠੇ ਬਹਿ ਕੇ ਸ਼ਰਾਬਾਂ ਹੀ ਪੀਵੇ ਤੇ ਜਿਹੜਾ ਕੁਝ ਉਹ ਬਦ ਆਰਤੀਆਂ ਕਰਨ ਨਾਲ ਉਹ ਸ਼ਰਾਬੀਆਂ ਦੀ ਹੋਰ ਬਦ ਆਰਤੀ ਕਿਹੜੀ ਹੁੰਦੀ ਹੈ ਬੈਣ ਲੱਭ ਵੰਜੇ ਤਾਂ ਉਹਨਾਂ ਨੂੰ ਹੋਸ਼ ਨਹੀਂ ਹੁੰਦਾ ਵੀ ਕਿਹੜੇ ਤੇ ਕਿਹੜੇ ਨਹੀਂ ਦੋ ਰਾਤੀ ਇੰਨੀ ਹੋਇਆ ਤੀ ਰਾਤੀ ਸ਼ਾਹ ਦੀ ਨਮਾਜ਼ ਪੜ੍ਹ ਕੇ ਉਹ ਨਮਾਜ਼ ਖਲੂਸ ਨਾਲ ਪੜ੍ਹੇ ਯਕੀਨ ਨਾਲ ਪੜ੍ਹੇ ਕਿ ਮੁਹੰਮਦ ਸੱਚਾ ਹੈ ਇਹਦਾ ਦੀਨ ਹੀ ਸੱਚਾ ਹੈ ਇਹ ਤਾਂ ਗੱਲ ਹੋਈ ਲਈ ਨਮਾਜ਼ ਤੀ ਰਾਤੀ ਪੜ੍ਹ ਕੇ ਤੇ ਮੁੜ ਤੁਰ ਪਿਆ ਜੇ ਹੁਣ ਆਪਣੀ ਪਾਰਟੀ ਦੇ ਵਜਾ ਹੈ ਸ਼ਰਾਬ ਹੀ ਪੀਤਾ ਤੇ ਉੱਤੇ ਨਾਦੀਯਹੁਲ ਮੁਨਕਰ ਖਰਾਫਾਤ ਜੋ ਕੁਛ ਹੁੰਦੇ ਹਨ ਉਹ ਉਹਨਾਂ ਨੂੰ ਬਈ ਤਸੱਲੀ ਹੋਈ ਸੀ ਬਈ ਇਹ ਤਾਂ ਸਾਡਾ ਹੋਰ ਕੀ ਰਾਜਦੇ ਨਹੀਂ ਰਹਿੰਦਾ ਪਿਆ ਹਾ ਅਜਣ ਉਸ ਭੱਠੀ ਸ਼ਰਾਬ ਵਾਲੇ ਤੇ ਨਹੀਂ ਪਹੁੰਚਿਆ ਤੇ ਅੱਗੂ ਇੱਕ ਚਿੱਟੀ ਦਾੜੀ ਵਾਲਾ ਟੱਕਰ ਉਹ ਤਾਂ ਕਿਆ ਕਿਵੇਂ ਵਹੀ ਨਾ ਆਇਓ ਇੰਨੇ ਹਾਂ ਤਾਂ ਕਰਨ ਦਾ ਤੇ ਰੱਖੀ ਚਾਹ ਤੇ ਥਾਈ ਖਰਬਾ ਦੀਆਂ ਖੇਡ ਕੇ ਜੱਥਾ ਨਹੀਂ ਠੋਕੀ ਅਸਰ ਤੋਂ ਜ਼ਲੀਲਾ ਨਮਾਜ਼ ਪੜ੍ਹਨਾ ਹੈ ਮੁਹੰਮਦ ਦੇ ਪਿੱਛੇ ਤੇ ਵਾ ਸ਼ਰਾਬ ਪੀਣ ਵਹੀਨਾ ਹੈ ਤੇਰੀ ਐਸੀ ਤੈਸੀ ਕੀ ਪਸੀਨਾ ਪਸੀਨਾ ਪਗਰੋ ਪਗਰ ਆਪਣੇ ਪਗਾਰ ਚ ਜਿਵੇਂ ਕੋ ਪਗਰ ਵਹਿੰਦਾ ਹੈ ਉਹ ਹੀ ਖਲਰ ਆ ਹਾਈ ਤਾਂ ਬੁੱਢੋ ਪਰ ਸੱਤ ਉਸ ਵਾਲਾ ਜ਼ਬਰਦਸਤ ਮਾਰੇ ਤੇ ਬੜਾ ਦਿਓ ਨਾ ਚਿਟਵਾ ਦਾ ਹੱਥ ਸ਼ਾਲਾ ਪਵੇ ਤੇ ਦਫਾਉਣ ਲੱਗਾ ਰਹੇ ਤੇ ਖਰਬਾਦੀਆਂ ਤੇ ਕਲਟੀਆਂ ਖਾਂਦਾ ਰਿਹਾ ਉਹ ਉੱਤੇ ਖਲਾ ਰਿਹਾ ਜਿੰਨੇ ਹੋਸ਼ ਆਇਓ ਉਹਨੂੰ ਵਾਦਾ ਹਾਂ ਉਹ ਅਸਾਂ ਕਹਿੰਦੇ ਖੁਦਾ ਦੀ ਜੀ ਅਗਲੇ ਕਾਫੀ ਰਹਿ ਰਹੀ ਹੈ ਹੁਣ ਵਿਆਹ ਦੇ ਫੌੜੇ ਮਾਰਨ ਦੀ ਜ਼ਰੂਰਤ ਕਾਹੀ ਨਹੀਂ ਤੇ ਮੇਰੇ ਪਿਓ ਦੀ ਤੌਬਾ ਜੇ ਮੈਂ ਅੱਗਾ ਤੇ ਇੱਡੇ ਹੀ ਨਸੂਰਾਂ ਦੇ ਲੱਗ ਵੰਜਾ ਤਾ ਮੈਨੂੰ ਕਾਫੀ ਹੋ ਗਈ ਇਮਾਨ ਨਾਲ ਦੱਸੋ ਬੁਰਾਈ ਕੋਲੋਂ ਭਾਵੇਂ ਡਾਂਗ ਨਾਲ ਹੀ ਬੰਦਾ ਬਚ ਵੰਜੇ ਤਾਂ ਅੱਲਾ ਦਾ ਇਨਾਮ ਹੈ ਕਿ ਨਹੀਂ ਹਾਏ ਫਟ ਕੇ ਉਸ ਬੁੱਢੜੇ ਦਾ ਦਾਮਨ ਫਟ ਗਿਆ ਆਖਣ ਲੱਗਾ ਵਾਸਤਾ ਖੁਦਾ ਦਾ ਹੀ ਜੇ ਤੈਨੂੰ ਪੈਦਾ ਕੀਤਾ ਦੱਸ ਤੂੰ ਹੈ ਕੌਣ ਉਸ ਆਖਿਆ ਮੈਂ ਉਹ ਨਮਾਜ਼ ਆ ਜਿਹੜੀ ਮੁਹੰਮਦ ਦੇ ਰੂਹ ਨੇ ਪੜ੍ਹ ਕੇ ਪਿਆ ਨਾਰੇ ਤਕਬੀਰ ਮੈਂ ਹੋਰ ਕੋਈ ਨਹੀਂ ਉਹ ਨਮਾਜ਼ ਹਾਂ ਬੁੱਢੜਾ ਮੈਨੂੰ ਤੋਏ ਚ ਕੀਤਾ ਹੈ ਜੇ ਤੂੰ ਉਦੂ ਅਮਲ ਇਹ ਕਰੇ ਨਾ ਤੇ ਉਦੂ ਕਿਰਦਾਰ ਇਹ ਬਣ ਕੇ ਕਰੇ ਨਾ ਮੈਂ ਉਹ ਨਮਾਜ਼ ਆ ਗੱਲ ਸੱਚੀ ਹੈ ਇਨ ਸਲਾਤ ਤਨਹਾ ਅਨਿਲ ਫਾਸ਼ਾ ਨਮਾਜ਼ ਆਪ ਡਾਂਗਾ ਨਾਲ ਰੁਕੇਂਦੀ ਹੈ ਬੰਦੇ ਨੂੰ ਬੇਹਯਾਈ ਕੋਲੋਂ ਜੇ ਜ਼ੌਕ ਨਾਲ ਨਮਾਜ਼ ਚ ਪੜੇ ਤਾਂ ਬੇਹਯਾਈ ਬੰਦੇ ਦੇ ਵਿੱਚ ਰਹਿ ਸਕਦੀ ਹੋਰ ਪੰਜੇ ਪੜ ਹੁਕ ਨਹੀਂ ਉਹ ਆਪਣੇ ਪਿਓ ਦੇ ਤੌੜੇ ਦੇ ਖਿਲਾਫ ਨਾ ਕਰਿਆ ਹੱਥ ਖੜਾ ਕਰੋ ਜਿਹੜੇ ਆਖਰ ਪੰਜੇ ਪੜ ਸਾ ਨਾਰੇ ਤਕਬੀਰ ਉੱਚਾ ਕਰ ਤੂੰ ਹਾਂ ਠੀਕ ਹੈ ਸਵਾਬ ਤਾਂ ਆਇਆ ਤੁਹਾਡੇ ਫਰਿਸ਼ਤੇ ਹੀ ਪਏ ਆਖੇ ਤੇ ਭੂੜੀ ਭਲੇ ਤੇ ਸਾਰੇ ਬਖਸ਼ੇ ਹੋ ਮਰਕਤ ਨਮਾਜ਼ ਦੀ ਇਹ ਕਿ ਬੰਦਾ ਨਮਾਜ਼ ਦੀ ਜ਼ੌਕ ਨਾਲ ਪਾਬੰਦੀ ਚ ਕਰੇ ਬੰਦੇ ਕੋਲੋਂ ਸ਼ਿਰਕ ਹੋ ਸਕਦਾ ਨਹੀਂ ਬੇਹਯਾਈ ਹੋ ਸਕਦੀ ਨਹੀਂ ਨਾ ਬੰਦੇ ਦਾ ਹੱਕ ਖਾ ਸਕਦਾ ਹੈ ਨਾ ਖੁਦਾ ਦਾ ਹੱਕ ਖਾ ਸਕਦਾ ਹੈ ਪਰ ਸ਼ਰਤ ਹੈ ਕਿ ਉਹਨੇ ਜ਼ੌਕ ਨਾਲ ਪੜ੍ਹੇ ਜਿਵੇਂ ਉਹ ਬੰਦਾ ਪੜ੍ਹਦਾ ਰਿਹਾ ਤੇ ਜੇ ਭੁੱਖੇ ਕੁੱਕੜ ਆ ਰੋਏ ਦਾਣੇ ਚੁੱਕਣ ਤੇ ਜ਼ੋਰ ਦੇ ਰੰਗ ਬਰੰਗ ਸਿਤਾਰੇ ਚੱਲ ਜਾ ਜੀ ਪੂਜੀ ਚਰਖਾ ਤੂੰ ਚਫੱਕ ਸੋ ਨਮਾਜ਼ ਕਰੀ ਹੋ ਤਾਂ ਦੀ ਲਿੱਤਰ ਝਲੜੇ ਬੰਦੇ
عبادت جی نعمت اللہ دے خزانے چ ہور کائی نہیں پاوے کائی عبادت ہی ہو ہوش سنبھالن دے بعد سب تو پہلا نمبر مسلمان دہے عبادت تلاش کرنی مال دی عبادت کیڑی اللہ فرض کیتی ہے جان دی عبادت اللہ کیڑی فرض کیتی ہے زبان دی عبادت اللہ کیڑی فرض کیتی ہے اللہ دی عبادت لگ ونجے تے انج ہو کے لگے جو اللہ دا رسول ہے کہ بندہ ویکھن والا کہ یار اے تے کوئی جلا ہے سوا اللہ دے ہور کہ نو جاندا ہی نہیں اللہ دا جلا تو اے دلا اے سو تو گل سمجھ ہی نہیں ہوتی کیوں جڑا میری عبادت وچ لگ ویندا ہے میں اونوں ہی رنگ لینا اپنے خیال رکھتا ہی نہیں بے وقوف پٹھے لوگ آتے یار یہ تو جلا ہے اللہ فرما اے جلا نہیں تو دلا ہے تین پتا کوئی نہیں سال تو سڈے نال یاری لائی جو نہیں جی لاوے ہاتھ تین دونوں جوگا رکھا ہے نا جلم نہیں لگ سکتی ان اللہ دی سچی عبادت کرنے والے دوتے شرک تے بدعت دا عیب نہیں لگ سکتا تے جدا اللہ دا گھر برباد کرے تے مول اللہ پیٹ چھوڑ لیا اس اگا آئی جی اکھے اکھے یار ودی بے چینی ہے میری طبیعت کوئی سکون دے ہاں مینوں ماں سکون کوئی نہیں دل طبیعت بلال شدہ ڈر انہیں آخیا یا رسول اللہ الٹا تے ویکھن نال ساڈیاں بے چینیاں دور تھیلیاں تے تساں تھا آخرے ہو کہ اساں بے چین آ تے کوئی چین تے سکون دے نبی علیہ السلام فرمایا اللہ دی قسم ہے سچ بیٹھا تھا میرے دل وچ وڈی بے چینی ہے کوئی چین تے سکون دے رہا بلال آپ پوچھیا جی وقت مینو تو پتا کوئی نہیں تساں آپ تو دسو کیوں ساری بے چینی دور سی نبی پاک فرمایا اذن للصلاه نماز واسطے اذان آکھ اس عبادت دیر میرا خیال پر پیسی تے دل لے بے چینیاں ختم تھی جائیں تے یہ تا اذان سنے تے حکے دا سوتا دب کے میرے دادو کہ ہے یا اللہ صلاه سنوں گئی نہیں یا کہ دب شروع کر دے سی یا کہ پچھلے موئے پیو دی کہانی شروع کر دیندا کتنا فرق ہے زمین آسمان دا اللہ دے نبی دے دل چ اذان سن کے سکون آندا ہے یہ اذان سن کے آندا ہے بھائی یہ مولوی نے پھر ہی وڈھنا پمدا ہے ہوت نہیں پٹڑ دیندا ایدو پرتیندا تائی حیا اللہ صلات جی ایدو پرتیندا تائی قل ان صلاتی و نسکی و محیای و مماتی نو سو کی میرا مال ان سلاتی سر دی چوٹی تو لا کے پیر دی چیٹی چھنگلی تو نہیں ایک ایک لو میری نو سو کی ذرہ ذرہ مال میرا مکدی گل کرا میں محمد کہ مہیا یا میری جتنی زندگی ہے پوری زندگی دے مہینے پوری زندگی دیاں راتاں تے دن پوری زندگی دیاں گھڑیاں پوری زندگی دے میرے سات بعد مماتی سا جڑے توڑی چلدا رہے او بھی تے جڑے ویلے سا چلنو بند ہو ونجے موت وی او لوگو میری حرکت وی میرا سکون وی اے دے وچ کہ غیر دا حصہ کوئی نہیں کیوں کوئی نہیں جو میرا سارا وقت گزرے ہے تل اللہ دے نام تے گزرے ہے غیر اللہ واسطے کچھ بچیا بھی باقی کچھ نہیں اللہ دی عبادت تے چھوڑ سستی نہ کرے سونا کیڑی عبادت بل یہی کرنے والا بھی بس روز ہے طاقت ہوے تو حج ہے اللہ دے تو زکات ہے صدقات ہے عشر ہے ہر وہ مقام جتھے اللہ آدھا یار میں جو تینوں آدھا پیا میں دے چا میں آدھا پیا تو میں پھر آ میں آدھا پیا میری دعوت کھا میں آدھا پیا میرے نال گلاں کر
मैं आधा प्या उठी मंगदा तू ना थकत देंदा मैं नहीं थकदा जिथे इबादत भी अल्लाह फरमाइए ते फर्ज कीती है इंजे समझ अल्लाह देवना चाहता है ता मेरे उत्ते फर्ज कीता सी इबादत ते जेंदे इबादत नसीब नहीं इंजे समझो अल्लाह दा दित्ता है उसने पैरां नाल फेंक दित्ता गनीमत समझे कि शुक्र है तोड़े अल्लाह मैनू अपनी ड्यूटी ते ला दिता है अपनी मुलाजमत ते ला दिता है जिन्ना वक्त यह चाहिए ना लज्जत अल्लाह जानता छुरे फिर गए ने उत्ते मगर इबादत छुट नहीं सकी गल याद आ गई है मेरा ख्याल तेन सुना ही चाह क्यों जट लोग आते हो तो मूह से आई हो हटाव लगा ईमान होंगे हूं आ जो गई इस वास्ते सुना छुड़ा बुढ़ा बंदा छोड़ा बुढ़िया के लायक भी कई गल होनी चाहिए बुढ़ा बंदा ते बुढ़ी औरत मिया बीवी दोवें ते शोधे औतरे रे खतरे ना धी ना ना दुध ते होवे बिल्कुल दर्जा।